Thank you.
ਸਰੀਰ ਦਾ ਰਾਜ ਵਿੱਚ ਹੈ। ਸਰੀਰ ਵੀ ਕੁਛ ਸਿੱਧਾ ਹੈ ਤੇ ਵੈਰਾਗ ਵੀ ਅੱਜ ਬਹੁਤ ਆ ਰਿਹਾ ਹੈ। ਮਨ ਨਾਲ ਵੀ ਪਿਆ ਗੱਲਾਂ ਕਰਦਾ ਹੈ ਕਿ ਅਸੀਂ ਸਾਰ ਹੋ ਗਏ ਹਨ, ਬੁੱਢਾ ਹੋ ਗਿਆ ਹਾਂ, ਪਰ ਅਜੇ ਤੱਕ ਮਿਲਿਆ ਨਹੀਂ। ਤੁਰਿਆ ਜਾਂਦਾ ਪਰ ਅਜੇ ਤੱਕ ਉਹ ਮਹਿਲ ਨਹੀਂ ਆਇਆ ਜਿਸ ਮਹਿਲ ਦੇ ਵਿੱਚ ਮੇਰਾ ਸੋਹਣਾ ਪ੍ਰੀਤਮ ਰੱਬ ਵੱਸਦਾ ਹੈ। ਮੈਂ ਉਸਦੇ ਬਚਨਾਂ ਤੇ ਤੁਰ ਪਿਆ, ਜਿਵੇਂ ਉਸਨੇ ਆਖਿਆ ਮੈਂ ਤਿਵੇਂ ਕੀਤਾ, ਪਰ ਅਜੇ ਤੱਕ ਬੁੱਢੇ ਦਾ ਬਣਿਆ ਕੁਛ ਪਤਾ ਨਹੀਂ। ਉਸ ਪ੍ਰੀਤਮ ਦਾ ਮਹਿਲ ਕਦੋਂ ਆਵੇਗਾ? ਹੁਣ ਤੇ ਸਰੀਰ ਵੀ ਖਤਮ ਹੋਣ ਵਾਲਾ ਹੈ, ਪਤਾ ਨਹੀਂ ਮੌਤ ਦੀ ਛੱਡ ਕਿਸ ਵੇਲੇ ਆਵੇ ਤੇ ਕੰਬੀ ਦੇ ਬਰੂਤੇ ਨੂੰ ਠਾ ਕੇ ਲੈ ਜਾਵੇ। ਇਹ ਮੇਰੇ ਅੱਲਾਹ ਜਾਂ ਖੁਦਾ ਜੇ ਨਹੀਂ ਮਿਲਣਾ ਤਾਂ ਮੇਰੀ ਜ਼ਿੰਦਗੀ ਦਾ ਬਲੇਜਿਆ ਹੋਇਆ ਵੇਲਣਾ ਇੱਕ ਵਾਰੀ ਫਿਰ ਖੋਲ ਦੇ, ਫਿਰ ਉਹ ਸੋਹਣਾ ਬੱਤਨ ਦੇ, ਫਿਰ ਉਹ ਜਵਾਨੀ ਆਵੇ ਤੇ ਮੈਂ ਇਸੇ ਰਸਤੇ ਤੇ ਮੁੜ ਤੁਰ ਪਾਵਾਂ ਤਾਂ ਜੋ ਸ਼ਾਇਦ ਬੁੱਢੇ ਹੋਣ ਤੱਕ ਮਿਲ ਪਵੇ। ਇਹਨਾਂ ਖਿਆਲਾਂ ਦੇ ਵਿੱਚ ਬੁੱਧਨ ਸ਼ਾਹ ਦਾ ਮਨ ਵਹਿ ਰਿਹਾ ਹੈ ਕਿ ਅਚਾਨਕ ਕੰਨਾਂ ਵਿੱਚ ਇੱਕ ਮਿੱਠੀ ਆਵਾਜ਼ ਆਈ। ਕਿਹੜੀ ਆਵਾਜ਼ ਸੀ?
ਸ਼ਾਹ ਦੇ ਕੰਨਾਂ ਵਿੱਚ ਪਈ ਤਾਂ ਫਕੀਰ ਕੁਟਨ ਸ਼ਾਹ ਨੇ ਕੰਨ ਖੁੱਲੇ ਕੀਤੇ। ਕੰਨ ਡਾ ਕੇ ਤੇ ਇਸ ਆਵਾਜ਼ ਨੂੰ ਸੁਣਦਾ ਰਿਹਾ। ਆਖਰ ਉਹ ਆਵਾਜ਼ ਨੇੜੇ ਨੇੜੇ ਆਉਂਦੀ ਗਈ। ਇਹ ਕੌਣ ਹੈ? ਇਹ ਗਾਉਣ ਵਾਲੀ ਪਹਾੜਨ ਕੁੜੀ ਹੈ ਜੋ ਹਰ ਰੋਜ਼ ਫਕੀਰ ਦੇ ਕੋਲ ਆਉਂਦੀ ਸੀ। ਅੱਜ ਸਵੇਰੇ ਸਾਹਮਣੇ ਆਈ ਤੇ ਆਖਿਆ, ਬਾਬਾ ਮੱਥਾ ਟੇਕਣੀ ਹਾਂ। ਬਾਬਾ ਕੱਪੜੇ ਹੈਨ ਤੇ ਗੋਰਿਆ ਵਾ ਨਹੀਂ ਬੇਟੀ? ਬੇਟੀ ਤੂੰ ਕਈ ਬੋਲਦੀ ਸੈਂ? ਹਾਂ ਬਾਬਾ ਮੈਂ ਹੀ ਬੋਲ ਰਹੀ ਸਾਂ। ਇੱਕ ਵਾਰੀ ਫਿਰ ਉਹ ਟੱਪਾ ਆਖਣਾ ਤਾਂ ਉਸ ਲੜਕੀ ਨੇ ਜੁੰਮ ਕੇ ਤੇ ਫਿਰ ਕਰ ਲਿਆ। Thank you.
ਤਾਂ ਬੁੱਧਨ ਸ਼ਾਹ ਨੇ ਫਿਰ ਆਖਿਆ, ਧੰਨ ਗੁਰੂ ਨਾਨਕ, ਬੇਟੀ ਤੂੰ ਗੁਰੂ ਨਾਨਕ ਨੂੰ ਲਿਖਾ ਹੈ? ਹਾਂ ਬਾਬਾ, ਮੈਂ ਗੁਰੂ ਨਾਨਕ ਨੂੰ ਲਿਖਾ ਹੈ। ਬਾਬਾ, ਤੇ ਤੂੰ ਗੁਰੂ ਨਾਨਕ ਨੂੰ ਨਹੀਂ ਲਿਖਾ? ਨਹੀਂ ਬੇਟੀ, ਮੈਂ ਗੁਰੂ ਨਾਨਕ ਨਹੀਂ ਲਿਖਾ। ਬਾਬਾ, ਜੇ ਗੁਰੂ ਨਾਨਕ ਨੂੰ ਨਹੀਂ ਦਿੱਤਾ ਤਾਂ ਫਿਰ ਅੱਲਾ ਨੂੰ ਕਿਵੇਂ ਵੇਖ ਰਿਹਾ ਈ? ਮੈਂ ਤਾਂ ਗੁਰੂ ਨਾਨਕ ਦਾ ਜਾਣ ਕੇ ਤੈਨੂੰ ਮੱਥੇ ਟੇਕਦੀ ਰਹੀ, ਗੁਰੂ ਨਾਨਕ ਦਾ ਜਾਣ ਕੇ ਤੇਰੇ ਕੱਪੜੇ ਧੋਂਦੀ ਰਹੀ, ਪਰ ਇਹ ਨਹੀਂ ਸੀ ਪਤਾ ਤੂੰ ਗੁਰੂ ਨਾਨਕ ਨੂੰ ਵੇਖਿਆ ਹੀ ਨਹੀਂ। ਬੇਟੀ, ਤੂੰ ਗੁਰੂ ਨਾਨਕ ਕਦੋਂ ਦਿੱਤਾ ਸੀ? ਤਾਂ ਉਸ ਲੜਕੀ ਨੇ ਆਖਿਆ, ਬਾਬਾ, ਇੱਕ ਵਾਰੀ ਅਸੀਂ ਸਣੇ ਪਰਿਵਾਰ ਹਰ ਦੁਆਰ ਗਏ, ਉੱਥੇ ਮੇਰੇ ਗੁਰੂ ਨਾਨਕ ਨੇ ਬੜਾ ਕੌਤੁਕ ਕੀਤਾ। ਆਪਨੇ ਗੰਗਾ ਵਿੱਚ ਪ੍ਰਵੇਸ਼ ਕੀਤਾ ਤੇ ਲਹਿੰਦੇ ਨੂੰ ਪਾਣੀ ਛਾਲਣਾ ਸ਼ੁਰੂ ਕਰ ਦਿੱਤਾ। ਲੋਕਾਂ ਦੀ ਮਿਲ ਲੱਗਣੀ ਸ਼ੁਰੂ ਹੋ ਗਈ। ਕੋਈ ਆਖੇ ਝੱਲਾ ਹੈ, ਕੋਈ ਆਖੇ ਬਾਬਰਾ ਹੈ। ਇਸ ਪੀਰ ਦੇ ਵਿੱਚ ਕੁਛ ਪੰਡਿਤ ਵੀ ਸਨ ਤੇ ਕੁਛ ਪੰਡਿਤ ਗੁਰੂ ਨਾਨਕ ਦੇ ਕੋਲ ਆਖਣ ਤੇ ਆਖਣ ਲੱਗੇ, ਕੀ ਪਿਆ ਕਰਨਾ ਹੈ? ਗੁਰੂ ਨਾਨਕ ਪਾਤਸ਼ਾਹ ਨੇ ਪੰਡਤਾਂ ਵੱਲ ਤੱਕਿਆ ਤੇ ਆਖਿਆ, ਇਹ ਕੀ ਪੈ ਕਰਦੇ ਹਨ? ਇਹ ਤਾਂ ਸੂਰਜ ਨੂੰ ਪੈ ਪਾਣੀ ਦਿੰਦੇ ਹਨ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਮੇਰੀ ਵੀ ਕਰਤਾਰਪੁਰ ਖੇਤੀ ਪਈ ਸੁੱਕਦੀ ਹੈ, ਮੈਂ ਕਰਤਾਰਪੁਰ ਆਪਣੀ ਖੇਤੀ ਨੂੰ ਪਾਣੀ ਪਿਆ ਦਿੰਦਾ ਹਾਂ। ਤੇਰਾ ਪਾਣੀ ਤਾਂ ਇੱਥੇ ਵੀ ਪਿਆ ਡਿੱਗਦਾ ਹੈ, ਇਹ ਕਰਤਾਰਪੁਰ ਕਿਸ ਤਰ੍ਹਾਂ ਪਹੁੰਚੇਗਾ? ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਇਹਨਾਂ ਦਾ ਪਾਣੀ ਤਾਂ ਇੱਥੇ ਹੀ ਪੈ ਡਿੱਗਦਾ ਹੈ, ਸੂਰਜ ਨੂੰ ਕਿਵੇਂ ਪਹੁੰਚੇਗਾ? ਜੇ ਇਹਨਾਂ ਦਾ ਉਛਾਲਿਆ ਹੋਇਆ ਪਾਣੀ ਸੂਰਜ ਤੱਕ ਪਹੁੰਚ ਸਕਦਾ ਹੈ ਤਾਂ ਮੇਰਾ ਵੀ ਉਛਾਲਿਆ ਹੋਇਆ ਪਾਣੀ ਕਰਤਾਰਪੁਰ ਜ਼ਰੂਰ ਪਹੁੰਚੇਗਾ। ਬਚਨ ਸੀ ਕਿ ਕੋਈ ਅੰਗਿਆਲਾ ਤੀਰ ਸੀ ਜੋ ਵਹਿ ਗਿਆ ਸਭਨਾ ਦੇ ਕਲੇਜੇ ਵਿੱਚ। ਗੁਰਾਂ ਨੇ ਮੇਰੇ ਜੀ ਪਾਲ ਮਾਰਿਆ, ਮਰਦਾਨੇ ਵਰਤਿਆ, ਆ ਮਰਦਾਨਿਆ ਬਾਹਰ ਚੜੀਏ,
ਗੰਗਾ ਦੇ ਕਿਨਾਰੇ ਤੇ ਆਣ ਬੈਠੇ ਧੰਨ ਗੁਰੂ ਨਾਨਕ ਪਾਤਸ਼ਾਹ ਤੇ ਸਾਹਿਬ ਨੇ ਆਖਿਆ ਮਰਦਾਨਿਆ ਛੇੜ ਰਵਾਬ ਮਰਦਾਨੇ ਨੇ ਰਵਾਬ ਛੇੜਿਆ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਇਲਾਈ ਗਲਾ ਖੁਲਿਆ ਤੇ ਲੱਗਾ ਕੀਰਤਨ ਹੋਣ ਬਾਬਾ ਕੀਰਤਨ ਦਾ ਉਹ ਰਸ ਬਣਿਆ ਕੀਰਤਨ ਦਾ ਉਹ ਸਵਾਲ ਬਣਿਆ ਕਿ ਸਾਰੇ ਲੋਕੀ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਉੱਤੇ ਝੁਕ ਗਏ ਗੁਰੂ ਨਾਨਕ ਨੇ ਇੱਕ ਇੱਕ ਨੂੰ ਥਾਪੜਾ ਦਿੱਤਾ ਤੇ ਨਿਹਾਲ ਕੀਤਾ ਤੇ ਜਦੋਂ ਸਾਡੀ ਵਾਰੀ ਆਈ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਮੇਰੇ ਸਿਰ ਤੇ ਹੱਥ ਰੱਖਿਆ ਆਖਿਆ ਜਪੋ ਸਤਨਾਮ ਬਾਬਾ ਵਾਹਿਗੁਰੂ ਸ਼ਬਦ ਹੀ ਕੋਈ ਅਨੋਖਾ ਜਿਹਾ ਰਸ ਹੈ ਜੋ ਮਨ ਹਰ ਵੇਲੇ ਸਰੂਰ ਵਿੱਚ ਰਹਿੰਦਾ ਬੁੱਢਣ ਸ਼ਾਹ ਉੱਠਿਆ ਹੱਥ ਜੋੜਿਓ ਬੇਟੀ ਅੱਗੇ ਤਾਂ ਤੂੰ ਮੈਨੂੰ ਮੱਥੇ ਟੇਕਦੀ ਸੈਂ ਪਰ ਅੱਜ ਤੈਨੂੰ ਮੈਂ ਸਜਦਾ ਕਰਦਾ ਬੇਟੀ ਮੈਨੂੰ ਵੀ ਗੁਰੂ ਨਾਨਕ ਦੇ ਦਰਸ਼ਨ ਕਰਾ ਮੈਂ ਬੁੱਢੇ ਦੀ ਡੰਗੋਰੀ ਫੜ ਲੈ ਤੇ ਲੈ ਚੱਲ ਗੁਰੂ ਨਾਨਕ ਦੇ ਕੋਲ ਬਾਬਾ ਉਹ ਇੰਝ ਨਹੀਂ ਮਿਲਦਾ ਉਸਦੇ ਮਿਲਣ ਦਾ ਸਾਧਨ ਹੋਰ ਹੈ ਬੇਟੀ ਫਿਰ ਮੈਨੂੰ ਸਾਧਨ ਦੱਸ ਤਾਂ ਉਸ ਲੜਕੀ ਨੇ ਆਖਿਆ ਬਾਬਾ ਉਸਦੇ ਪਿਆਰ ਵਿੱਚ ਰੋਵੀਏ ਉਸਦਾ ਧਿਆਨ ਕਰੀਏ ਉਹ ਢੂੰਡਿਆ ਨਹੀਂ ਮਿਲਦਾ ਉਹ ਆਪੇ ਆਣ ਕੇ ਮਿਲਦਾ ਹੈ ਬਾਬਾ ਜਦੋਂ ਉਸਦਾ ਧਿਆਨ ਕਰਾਂਗੇ ਨਾਮ ਜਪਾਂਗੇ ਉਹ ਆਪੇ ਆਣ ਕੇ ਦਰਸ਼ਨ ਦਿੰਦਾ ਹੈ ਖੂਬ ਸੁਣਦਾ ਹੈ ਬੇਟੀ ਮੈਂ ਗੁਰੂ ਨਾਨਕ ਬਿਠਾ ਨਹੀਂ ਧਿਆਨ ਕਿਸਦਾ ਕਰਾਂ ਤਾਂ ਉਸ ਲੜਕੀ ਨੇ ਆਖਿਆ ਬਾਬਾ ਮੈਂ ਜੋ ਬਿਠਾ ਹੈ ਮੈਂ ਤੈਨੂੰ ਦੱਸ ਦਿੰਦੀ ਹਾਂ ਬੇਟੀ ਫਿਰ ਛੇਤੀ ਦੱਸ ਮੈਨੂੰ ਜੁਗਤੀ ਦੱਸ ਕਿਵੇਂ ਧਿਆਨ ਕਰਾਂ ਤਾਂ ਉਸ ਲੜਕੀ ਨੇ ਆਖਿਆ ਬਾਬਾ ਸਾਰੇ ਜਹਾਂ ਸੇ ਅੱਛਾ ਸਾਰੇ ਜਹਾਂ ਸੇ ਅੱਛਾ ਨਾਨਕ ਗੁਰੂ ਹਮਾਰਾ ਹਮ ਦਾਸ ਹੈ ਸਭ ਉਸਕੇ ਉਹ ਜਾਨ ਸੇ ਪਿਆਰਾ ਮਖਮੂਰ ਉਸਕੀ ਆਖੇ ਈਸ਼ਵਰ ਕੀ ਬੰਦਗੀ ਮੇ ਹੈ ਨੂਰ ਹੱਕ ਸੇ ਰੋਸ਼ਨ ਚਿਹਰੇ ਪੇ ਉਸਕਾ ਦਾੜਾ ਬਾਬਾ ਮਖਮੂਰ ਅੱਖਾਂ ਨੂਰਾਨੀ ਚਿਹਰਾ ਸੋਹਣਾ ਚਿੱਟਾ ਦਾੜਾ ਹੱਥ ਵਿੱਚ ਸਿਮਰਨਾ ਹੈ ਸੱਜਾ ਪੈਰ ਖੱਬੇ ਗੋਡੇ ਦੇ ਉੱਤੇ ਹੈ ਸੋਹਣੇ ਪੈਰ ਦੇ ਵਿੱਚ ਚਮਕਦਾ ਪਦਮ ਹੈ ਜਿਵੇਂ ਜਿਵੇਂ ਲੜਕੀ ਨੇ ਗੁਰੂ ਨਾਨਕ ਦਾ ਫੋਟੋ ਖਿੱਚਿਆ ਉੱਡਣ ਸ਼ਾਹ ਦੀਆਂ ਅੱਖਾਂ ਅੱਗੇ ਮਾਨੋ ਕੋਈ ਸੂਰਤ ਬਣਦੀ ਗਈ ਲੜਕੀ ਤਾਂ ਚਲੀ ਗਈ ਤੇ ਬੁੱਢਣ ਸ਼ਾਹ ਹਰ ਵੇਲੇ ਧੰਨ ਗੁਰੂ ਨਾਨਕ ਨਾਮ ਦੀ ਮਾਲਾ ਪਿਆ ਫੇਰਦਾ ਹਾਂ ਬੁੱਢੜੇ ਦੇ ਤਨ ਨੂੰ ਰਵਾਬ ਬੜਾ ਮੈਂ ਸੁਣਿਆ ਤੇਰੇ ਨਾਨਕ ਰਵਾਬੀ ਹੈ ਜੋ ਰਵਾਬ ਵਜਾਉਂਦਾ ਹੈ ਮੇਰੇ ਤਨ ਦਾ ਤੂੰ ਰਵਾਬ ਬਣਾ ਲੈ ਮੇਰੀਆਂ ਆਂਦਰਾਂ ਤਾਰਾਂ ਦੀ ਥਾਂ ਤੇ ਪਾ ਕੇ ਤੇ ਫਿਰ ਵੱਜੇ ਰਵਾਬ ਹੈ ਤੇ ਵਿੱਚੋਂ ਧੁਨ ਨਿਕਲੇ ਕਿਹੜੀ ਗੁਰੂ ਨਾਨਕ ਦੀ Thank you.
ਹਰ ਵੇਲੇ ਪੂਨਮ ਸ਼ਾਹ ਜੁੜਿਆ ਹੈ ਗੁਰੂ ਨਾਨਕ ਦੇ ਚਰਨਾਂ ਨਾਲ। ਗਿਆਨ ਦੀ ਜੁੱਤੀ ਦੱਸੀ ਹੈ ਉਸ ਲੜਕੀ ਨੇ, ਜਿਵੇਂ ਜਿਵੇਂ ਲੜਕੀ ਦੇ ਫੋਟੋ ਖਿੱਚਿਆ ਸੀ ਪੂਨਮ ਸ਼ਾਹ ਦੀਆਂ ਅੱਖਾਂ ਦੇ ਮਨ ਕੋਈ ਸੂਰਤ ਬਦਲੀ ਗਈ। ਹਰ ਵੇਲੇ ਪੂਨਮ ਸ਼ਾਹ ਗੁਰੂ ਨਾਨਕ ਨਾਮ ਦੀ ਮਾਲਾ ਪਿਆ ਫੇਰਦਾ ਹੈ। ਬਾਕੀ ਪਸੰਦ ਕਰ ਕਰਾਂਗੇ ਆਪਣੀ Thank you.